ਲੁੱਟਖੋ ਕਰਨ ਵਾਲੇ ਸਨੈਚਰਸ ਦਾ ਹੌਸਲਾ ਕਾਫੀ ਬੁਲੰਦ ਨਜ਼ਰ ਆ ਰਿਹਾ। ਦਿਨ ਦਿਹਾੜੇ ਵੀ ਸਨੈਚਿੰਗ ਦੀ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਸਨੈਚਰ। ਇੱਕ ਸੀਸੀਟੀਵੀ ਸਾਹਮਣੇ ਆਈ ਹੈ, ਹਾਲਾਂਕਿ ਮੋਹਾਲੀ ਜ਼ਿਲ੍ਹੇ ਦੇ ਖਰੜ ਦੀ ਇੱਕ ਥਾਂ ਦੀ ਪੂਰੀ ਸੀਸੀਟੀਵੀ ਹੈ ਕਿ ਕਿਸ ਤਰ੍ਹਾਂ ਇੱਕ ਲੇਡੀਜ਼ ਆਪਣੇ ਬੱਚਿਆਂ ਨੂੰ ਲੈ ਕੇ ਆਉਂਦੀ ਹੈ, ਲੇਕਿਨ ਉਹਦਾ ਪਿੱਛਾ ਕਰ ਰਹੇ ਸੀਗੇ ਦੋ ਬਾਈਕ ਸਵਾਰ। ਦੋਨਾਂ ਨੇ ਹੈਲਮੈਟ ਪਾਇਆ ਹੋਇਆ ਸੀਗਾ ਜਿਹੜਾ ਸੀਸੀਟੀਵੀ 'ਚ ਦਿਖ ਰਿਹਾ, ਔਰ ਕਿਸ ਤਰ੍ਹਾਂ ਉਹ ਪਿੱਛੇ ਪਿੱਛੇ ਆਉਂਦੇ ਹੈ। ਉਸ ਤੋਂ ਬਾਅਦ ਬਾਈਕ ਇੱਕ ਰੋਕਦਾ ਹੈ, ਇੱਕ ਉਤਰ ਕੇ ਉਹਦਾ ਕੋਈ ਲੇਡੀ ਦੇ ਕੋਲ ਜਾਂਦਾ ਔਰ ਉਹਦੀ ਸਨੈਚ ਕਰਕੇ ਉੱਥੋਂ ਫਰਾਰ ਹੋ ਜਾਂਦਾ। ਹਾਲਾਂਕਿ ਬੱਚਿਆਂ ਦੀ ਚੀਖਾਂ, ਉੱਥੇ ਜਿਹੜੇ ਲੇਡੀਜ਼ ਖੜੇ ਸੀ ਉਹਨਾਂ ਦੀ ਵੀ ਚੀਖਾਂ ਨਿਕਲਦੀਆਂ, ਲੇਕਿਨ ਉਹ ਇੰਨੇ ਸ਼ਾਤਿਰ ਹੁੰਦੇ ਸਨੈਚਰ ਕੇ ਸਨੈਚ ਕਰਕੇ ਉੱਥੋਂ ਫਰਾਰ ਹੋ ਜਾਂਦੇ ਨੇ ਬੜੇ ਹੀ ਬੇਖੌਫ ਤਰੀਕੇ ਨਾਲ। ਕਰੀਬ 12:30 ਦੀ ਇਹ ਪੂਰੀ ਘਟਨਾ ਹੈ ਜੋ ਕਿ ਸੀਸੀਟੀਵੀ 'ਚ ਕੈਦ ਹੋਈ ਹੈ। ਆਸ ਪਾਸ ਦਾ ਜਿਹੜਾ ਨੀਅਰ ਬਾਏ ਏਰੀਆ ਉੱਥੇ ਕਾਫੀ ਸਹਿਮ ਦਾ ਮਾਹੌਲ ਹੈ ਕਿ ਦਿਨ ਦਿਹਾੜੇ ਇਸ ਤਰ੍ਹਾਂ ਦੀ ਚੀਜ਼ਾਂ ਹੋ ਰਹੀ, ਇਸ ਤਰ੍ਹਾਂ ਦੀ ਸਨੈਚਿੰਗ ਹੋ ਰਹੀ ਹੈ। ਹਾਲਾਂਕਿ ਪਿਛਲੇ ਦਿਨਾਂ ਵੀ ਇਸ ਤਰ੍ਹਾਂ ਦੀ ਵਾਰਦਾਤਾਂ ਹੋਈ ਸੀ। ਲੁੱਟਖੋ ਕਰਨ ਵਾਲੇ ਸਨੈਚਰਸ ਦਾ ਹੌਸਲਾ ਕਾਫੀ ਬੁਲੰਦ ਨਜ਼ਰ ਆ ਰਿਹਾ। ਦਿਨ ਦਿਹਾੜੇ ਵੀ ਸਨੈਚਿੰਗ ਦੀ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਸਨੈਚਰ। ਇੱਕ ਸੀਸੀਟੀਵੀ ਸਾਹਮਣੇ ਆਈ ਹੈ, ਹਾਲਾਂਕਿ ਮੋਹਾਲੀ ਜ਼ਿਲ੍ਹੇ ਦੇ ਖਰੜ ਦੀ ਇੱਕ ਥਾਂ ਦੀ ਪੂਰੀ ਸੀਸੀਟੀਵੀ ਹੈ ਕਿ ਕਿਸ ਤਰ੍ਹਾਂ ਇੱਕ ਲੇਡੀਜ਼ ਆਪਣੇ ਬੱਚਿਆਂ ਨੂੰ ਲੈ ਕੇ ਆਉਂਦੀ ਹੈ, ਲੇਕਿਨ ਉਹਦਾ ਪਿੱਛਾ ਕਰ ਰਹੇ ਸੀਗੇ ਦੋ ਬਾਈਕ ਸਵਾਰ। ਦੋਨਾਂ ਨੇ ਹੈਲਮੈਟ ਪਾਇਆ ਹੋਇਆ ਸੀਗਾ ਜਿਹੜਾ ਸੀਸੀਟੀਵੀ 'ਚ ਦਿਖ ਰਿਹਾ, ਔਰ ਕਿਸ ਤਰ੍ਹਾਂ ਉਹ ਪਿੱਛੇ ਪਿੱਛੇ ਆਉਂਦੇ ਹੈ। ਉਸ ਤੋਂ ਬਾਅਦ ਬਾਈਕ ਇੱਕ ਰੋਕਦਾ ਹੈ, ਇੱਕ ਉਤਰ ਕੇ ਉਹਦਾ ਕੋਈ ਲੇਡੀ ਦੇ ਕੋਲ ਜਾਂਦਾ ਔਰ ਉਹਦੀ ਸਨੈਚ ਕਰਕੇ ਉੱਥੋਂ ਫਰਾਰ ਹੋ ਜਾਂਦਾ। ਹਾਲਾਂਕਿ ਬੱਚਿਆਂ ਦੀ ਚੀਖਾਂ, ਉੱਥੇ ਜਿਹੜੇ ਲੇਡੀਜ਼ ਖੜੇ ਸੀ ਉਹਨਾਂ ਦੀ ਵੀ ਚੀਖਾਂ ਨਿਕਲਦੀਆਂ, ਲੇਕਿਨ ਉਹ ਇੰਨੇ ਸ਼ਾਤਿਰ ਹੁੰਦੇ ਸਨੈਚਰ ਕੇ ਸਨੈਚ ਕਰਕੇ ਉੱਥੋਂ ਫਰਾਰ ਹੋ ਜਾਂਦੇ ਨੇ ਬੜੇ ਹੀ ਬੇਖੌਫ ਤਰੀਕੇ ਨਾਲ। ਕਰੀਬ 12:30 ਦੀ ਇਹ ਪੂਰੀ ਘਟਨਾ ਹੈ ਜੋ ਕਿ ਸੀਸੀਟੀਵੀ 'ਚ ਕੈਦ ਹੋਈ ਹੈ। ਆਸ ਪਾਸ ਦਾ ਜਿਹੜਾ ਨੀਅਰ ਬਾਏ ਏਰੀਆ ਉੱਥੇ ਕਾਫੀ ਸਹਿਮ ਦਾ ਮਾਹੌਲ ਹੈ ਕਿ ਦਿਨ ਦਿਹਾੜੇ ਇਸ ਤਰ੍ਹਾਂ ਦੀ ਚੀਜ਼ਾਂ ਹੋ ਰਹੀ, ਇਸ ਤਰ੍ਹਾਂ ਦੀ ਸਨੈਚਿੰਗ ਹੋ ਰਹੀ ਹੈ। ਹਾਲਾਂਕਿ ਪਿਛਲੇ ਦਿਨਾਂ ਵੀ ਇਸ ਤਰ੍ਹਾਂ ਦੀ ਵਾਰਦਾਤਾਂ ਹੋਈ ਸੀ, ਪੁਲਿਸ ਨੇ ਕਈ ਜਿਹੜੇ ਅਕਿਊਜ਼ਡ ਹੈ, ਕਈ ਸਨੈਚਰ ਹੈ ਇਹਦੇ ਵਿੱਚ ਕਾਬੂ ਕੀਤੇ ਗਏ ਸੀ। ਇਹ ਸਨੈਚਰ ਕੌਣ ਨੇ, ਹਾਲਾਂਕਿ ਹੁਣ ਤੱਕ ਦੀ ਪੁੱਛਗਿੱਛ ਜਾਂ ਫਿਰ ਹੁਣ ਤੱਕ ਦੀ ਇਨਵੈਸਟੀਗੇਸ਼ਨ ਸਾਹਮਣੇ ਆਇਆ ਕਿ ਇਹ ਬਾਹਰ ਤੋਂ ਆਉਂਦੇ ਨੇ, ਪਹਿਲਾਂ ਰੈਕੀ ਕਰਦੇ ਹੈ, ਕੌਣ ਲੇਡੀਜ਼ ਐਕਟਿਵਾ ਤੇ ਜਾ ਰਹੀ ਹੈ, ਕੌਣ ਬਜ਼ੁਰਗ ਜਿਹੜੇ ਉੱਥੇ ਘੁੰਮ ਰਹੇ ਨੇ, ਕਿਨਾਂ ਨੇ ਚੇਨੀ ਪਾਈ ਹੋਈ ਹੈ, ਉਹ ਸਾਰੀ ਪਹਿਲਾਂ ਰੈਕੀ ਕਰਨ ਤੋਂ ਬਾਅਦ ਉਹਨਾਂ ਦੇ ਪਿੱਛੇ ਪਿੱਛੇ ਜਾ ਕੇ ਸਨੈਚਿੰਗ ਕਰਕੇ ਉੱਥੋਂ ਫਰਾਰ ਹੋ ਜਾਂਦੇ ਨੇ। ਹਾਲਾਂਕਿ ਹੁਣ ਇਹ ਪੂਰਾ ਸੀਸੀਟੀਵੀ ਸਾਹਮਣੇ ਆਇਆ, ਪੁਲਿਸ ਨੇ ਕੰਪਲੇਂਟ ਦਿੱਤੀ ਹੈ, ਲੇਕਿਨ ਫਿਲਹਾਲ ਕੋਈ ਗ੍ਰਿਫਤਾਰੀ ਇਸ ਪੂਰੇ ਮਾਮਲੇ 'ਚ ਨਹੀਂ ਹੋਈ ਹੈ। ਲੇਕਿਨ ਸਹਿਮ ਦਾ ਮਾਹੌਲ ਜ਼ਰੂਰ ਹੈ ਕਿ ਕਿਸ ਤਰ੍ਹਾਂ ਬੈਕਹਾਫ ਸਨੈਚਰ ਬੜੀ ਹੀ ਆਸਾਨੀ ਦੇ ਨਾਲ ਵਾਰਦਾਤ ਨੂੰ ਅੰਜਾਮ ਦਿੰਦੇ ਤੇ ਉੱਥੋਂ ਫਰਾਰ ਹੋ ਜਾਂਦੇ। ਲੁੱਟਖੋ ਕਰਨ ਵਾਲੇ ਸਨੈਚਰਸ ਦਾ ਹੌਸਲਾ ਕਾਫੀ ਬੁਲੰਦ ਨਜ਼ਰ ਆ ਰਿਹਾ। ਦਿਨ ਦਿਹਾੜੇ ਵੀ ਸਨੈਚਿੰਗ ਦੀ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਸਨੈਚਰ। ਇੱਕ ਸੀਸੀਟੀਵੀ ਸਾਹਮਣੇ ਆਈ ਹੈ, ਹਾਲਾਂਕਿ ਮੋਹਾਲੀ ਜ਼ਿਲ੍ਹੇ ਦੇ ਖਰੜ ਦੀ ਇੱਕ ਥਾਂ ਦੀ ਪੂਰੀ ਸੀਸੀਟੀਵੀ ਹੈ ਕਿ ਕਿਸ ਤਰ੍ਹਾਂ ਇੱਕ ਲੇਡੀਜ਼ ਆਪਣੇ ਬੱਚਿਆਂ ਨੂੰ ਲੈ ਕੇ ਆਉਂਦੀ ਹੈ, ਲੇਕਿਨ ਉਹਦਾ ਪਿੱਛਾ ਕਰ ਰਹੇ ਸੀਗੇ ਦੋ ਬਾਈਕ ਸਵਾਰ। ਦੋਨਾਂ ਨੇ ਹੈਲਮੈਟ ਪਾਇਆ ਹੋਇਆ ਸੀਗਾ ਜਿਹੜਾ ਸੀਸੀਟੀਵੀ 'ਚ ਦਿਖ ਰਿਹਾ, ਔਰ ਕਿਸ ਤਰ੍ਹਾਂ ਉਹ ਪਿੱਛੇ ਪਿੱਛੇ ਆਉਂਦੇ ਹੈ। ਉਸ ਤੋਂ ਬਾਅਦ ਬਾਈਕ ਇੱਕ ਰੋਕਦਾ ਹੈ, ਇੱਕ ਉਤਰ ਕੇ ਉਹਦਾ ਕੋਈ ਲੇਡੀ ਦੇ ਕੋਲ ਜਾਂਦਾ ਔਰ ਉਹਦੀ ਸਨੈਚ ਕਰਕੇ ਉੱਥੋਂ ਫਰਾਰ ਹੋ ਜਾਂਦਾ। ਹਾਲਾਂਕਿ ਬੱਚਿਆਂ ਦੀ ਚੀਖਾਂ, ਉੱਥੇ ਜਿਹੜੇ ਲੇਡੀਜ਼ ਖੜੇ ਸੀ ਉਹਨਾਂ ਦੀ ਵੀ ਚੀਖਾਂ ਨਿਕਲਦੀਆਂ, ਲੇਕਿਨ ਉਹ ਇੰਨੇ ਸ਼ਾਤਿਰ ਹੁੰਦੇ ਸਨੈਚਰ ਕੇ ਸਨੈਚ ਕਰਕੇ ਉੱਥੋਂ ਫਰਾਰ ਹੋ ਜਾਂਦੇ ਨੇ ਬੜੇ ਹੀ ਬੇਖੌਫ ਤਰੀਕੇ ਨਾਲ। ਕਰੀਬ 12:30 ਦੀ ਇਹ ਪੂਰੀ ਘਟਨਾ ਹੈ ਜੋ ਕਿ ਸੀਸੀਟੀਵੀ 'ਚ ਕੈਦ ਹੋਈ ਹੈ। ਆਸ ਪਾਸ ਦਾ ਜਿਹੜਾ ਨੀਅਰ ਬਾਏ ਏਰੀਆ ਉੱਥੇ ਕਾਫੀ ਸਹਿਮ ਦਾ ਮਾਹੌਲ ਹੈ ਕਿ ਦਿਨ ਦਿਹਾੜੇ ਇਸ ਤਰ੍ਹਾਂ ਦੀ ਚੀਜ਼ਾਂ ਹੋ ਰਹੀ, ਇਸ ਤਰ੍ਹਾਂ ਦੀ ਸਨੈਚਿੰਗ ਹੋ ਰਹੀ ਹੈ। ਹਾਲਾਂਕਿ ਪਿਛਲੇ ਦਿਨਾਂ ਵੀ ਇਸ ਤਰ੍ਹਾਂ ਦੀ ਵਾਰਦਾਤਾਂ ਹੋਈ ਸੀ। ਲੁੱਟਖੋ ਕਰਨ ਵਾਲੇ ਸਨੈਚਰਸ ਦਾ ਹੌਸਲਾ ਕਾਫੀ ਬੁਲੰਦ ਨਜ਼ਰ ਆ ਰਿਹਾ। ਦਿਨ ਦਿਹਾੜੇ ਵੀ ਸਨੈਚਿੰਗ ਦੀ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਸਨੈਚਰ। ਇੱਕ ਸੀਸੀਟੀਵੀ ਸਾਹਮਣੇ ਆਈ ਹੈ, ਹਾਲਾਂਕਿ ਮੋਹਾਲੀ ਜ਼ਿਲ੍ਹੇ ਦੇ ਖਰੜ ਦੀ ਇੱਕ ਥਾਂ ਦੀ ਪੂਰੀ ਸੀਸੀਟੀਵੀ ਹੈ ਕਿ ਕਿਸ ਤਰ੍ਹਾਂ
ਇੱਕ ਲੇਡੀਜ਼ ਆਪਣੇ ਬੱਚਿਆਂ ਨੂੰ ਲੈ ਕੇ ਆਉਂਦੀ ਹੈ, ਲੇਕਿਨ ਉਹਦਾ ਪਿੱਛਾ ਕਰ ਰਹੇ ਸੀਗੇ ਦੋ ਬਾਈਕ ਸਵਾਰ। ਦੋਨਾਂ ਨੇ ਹੈਲਮੇਟ ਪਾਇਆ ਹੋਇਆ ਸੀਗਾ ਜਿਹੜਾ ਸੀਸੀਟੀਵੀ 'ਚ ਦਿਖ ਰਿਹਾ, ਔਰ ਕਿਸ ਤਰ੍ਹਾਂ ਉਹ ਪਿੱਛੇ ਪਿੱਛੇ ਆਉਂਦੇ ਹੈ। ਉਸ ਤੋਂ ਬਾਅਦ ਬਾਈਕ ਇੱਕ ਰੋਕਦਾ, ਇੱਕ ਉਤਰ ਕੇ ਉਹਦਾ ਕੋਈ ਲੇਡੀ ਦੇ ਕੋਲ ਜਾਂਦਾ ਔਰ ਉਹਦੀ ਸਨੈਚ ਕਰਕੇ ਉੱਥੋਂ ਫਰਾਰ ਹੋ ਜਾਂਦਾ। ਹਾਲਾਂਕਿ ਬੱਚਿਆਂ ਦੀ ਚੀਖਾਂ, ਉੱਥੇ ਜਿਹੜੇ ਲੇਡੀਜ਼ ਖੜੇ ਸੀ ਉਹਨਾਂ ਦੀ ਵੀ ਚੀਖਾਂ ਨਿਕਲਦੀਆਂ, ਲੇਕਿਨ ਉਹ ਇੰਨੇ ਸ਼ਾਤਿਰ ਹੁੰਦੇ ਸਨੈਚਰ ਕੇ ਸਨੈਚ ਕਰਕੇ ਉੱਥੋਂ ਫਰਾਰ ਹੋ ਜਾਂਦੇ ਨੇ ਬੜੇ ਹੀ ਬੇਖੌਫ ਤਰੀਕੇ ਨਾਲ। ਕਰੀਬ 12:30 1 ਵਜੇ ਦੀ ਇਹ ਪੂਰੀ ਘਟਨਾ ਹੈ ਜੋ ਕਿ ਸੀਸੀਟੀਵੀ 'ਚ ਕੈਦ ਹੋਈ ਹੈ। ਆਸ ਪਾਸ ਦਾ ਜਿਹੜਾ ਨੀਅਰ ਬਾਏ ਏਰੀਆ ਉੱਥੇ ਕਾਫੀ ਸਹਿਮ ਦਾ ਮਾਹੌਲ ਹੈ ਕਿ ਦਿਨ ਦਿਹਾੜੇ ਇਸ ਤਰ੍ਹਾਂ ਦੀ ਚੀਜ਼ਾਂ ਹੋ ਰਹੀ, ਇਸ ਤਰ੍ਹਾਂ ਦੀ ਸਨੈਚਿੰਗ ਹੋ ਰਹੀ ਹੈ। ਹਾਲਾਂਕਿ ਪਿਛਲੇ ਦਿਨਾਂ ਵੀ ਇਸ ਤਰ੍ਹਾਂ ਦੀ ਵਾਰਦਾਤਾਂ ਹੋਈ ਸੀ, ਪੁਲਿਸ ਨੇ ਕਈ ਜਿਹੜੇ ਅਕਿਊਜ਼ਡ ਹੈ, ਕਈ ਸਨੈਚਰ ਹੈ ਇਹਦੇ ਵਿੱਚ ਕਾਬੂ ਕੀਤੇ ਗਏ ਸੀ। ਇਹ ਸਨੈਚਰ ਕੌਣ ਨੇ? ਹਾਲਾਂਕਿ ਹੁਣ ਤੱਕ ਦੀ ਪੁੱਛਗਿੱਛ ਜਾਂ ਫਿਰ ਹੁਣ ਤੱਕ ਦੀ ਇਨਵੈਸਟੀਗੇਸ਼ਨ ਸਾਹਮਣੇ ਆਇਆ ਕਿ ਇਹ ਬਾਹਰ ਤੋਂ ਆਉਂਦੇ ਨੇ, ਪਹਿਲਾਂ ਰੈਕੀ ਕਰਦੇ ਹੈ, ਕੌਣ ਲੇਡੀਜ਼ ਐਕਟਿਵਾ ਤੇ ਜਾ ਰਹੀ ਹੈ, ਕੌਣ ਬਜ਼ੁਰਗ ਜਿਹੜੇ ਉੱਥੇ ਘੁੰਮ ਰਹੇ ਨੇ, ਕਿਨਾਂ ਨੇ ਚੇਨ ਨਹੀਂ ਪਾਈ ਹੋਈ ਹੈ, ਉਹ ਸਾਰੀ ਪਹਿਲਾਂ ਰੈਕੀ ਕਰਨ ਤੋਂ ਬਾਅਦ ਉਹਨਾਂ ਦੇ ਪਿੱਛੇ ਪਿੱਛੇ ਜਾ ਕੇ ਸਨੈਚਿੰਗ ਕਰਕੇ ਉੱਥੋਂ ਫਰਾਰ ਹੋ ਜਾਂਦੇ ਨੇ। ਹਾਲਾਂਕਿ ਹੁਣ ਇਹ ਪੂਰਾ ਸੀਸੀਟੀਵੀ ਸਾਹਮਣੇ ਆਇਆ, ਪੁਲਿਸ ਨੇ ਕੰਪਲੇਂਟ ਦਿੱਤੀ ਹੈ, ਲੇਕਿਨ ਫਿਲਹਾਲ ਕੋਈ ਗ੍ਰਿਫਤਾਰੀ ਇਸ ਪੂਰੇ ਮਾਮਲੇ 'ਚ ਨਹੀਂ ਹੋਈ ਹੈ। ਲੇਕਿਨ ਸਹਿਮ ਦਾ ਮਾਹੌਲ ਜ਼ਰੂਰ ਹੈ ਕਿ ਕਿਸ ਤਰ੍ਹਾਂ ਬੈਕਹਾਫ ਸਨੈਚਰ ਬੜੀ ਹੀ ਆਸਾਨੀ ਦੇ ਨਾਲ ਵਾਰਦਾਤ ਨੂੰ ਅੰਜਾਮ ਦਿੰਦੇ ਅਤੇ ਉੱਥੋਂ ਫਰਾਰ ਹੋ ਜਾਂਦੇ ਨੇ।